ਭਾਰਤ ਦੀ ਪ੍ਰਮੁੱਖ ਟਰੇਡ ਯੂਨੀਅਨ ਦੇ ਵੱਲੋਂ ਕੇਂਦਰ ਸਰਕਾਰ ਦੀ ਮੁਲਾਜ਼ਮ ਅਤੇ ਮਜ਼ਦੂਰ ਮਾਰੂ ਨੀਤੀਆਂ ਦੇ ਖਿਲਾਫ 8 ਅਤੇ 9 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਅਧੀਨ ਦੂਜੇ ਦਿਨ ਫੈਡਰੇਸ਼ਨ ਦੇ ਆਗੂਆਂ ਦੇ ਵੱਲੋਂ ਵੱਖ ਵੱਖ ਵਿਭਾਗਾਂ ਦੇ ਨਾਲ ਕੱਚੇ ਅਤੇ ਰੈਗੂਲਰ ਮੁਲਾਜ਼ਮ ਵੱਡੀ ਗਿਣਤੀ ਵਿਚ ਇਕੱਤਰ ਹੋਏ। ਇਸ ਰੈਲੀ ਦੀ ਅਗਵਾਈ ਮਾਤਾ ਦੀਨ ਜ਼ਿਲ੍ਹਾ ਪ੍ਰਧਾਨ ਸਫਾਈ ਸੇਵਕ ਯੂਨੀਅਨ ਜ਼ਿਲ੍ਹਾ ਮੋਗਾ ਨੇ ਕੀਤੀ ਹੈ ਅਤੇ ਮੁਲਾਜ਼ਮ ਆਗੂਆਂ ਨੇ ਮੰਗ ਕੀਤੀ ਹੈ ਕਿ ਕੇਂਦਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਵਿਭਾਗਾਂ ਦਾ ਪੰਚਾਇਤੀਕਰਨ ਬੰਦ ਕਰੇ, ਮਹਿੰਗਾਈ ਭੱਤੇ ਦੀਆਂ 4 ਕਿਸ਼ਤਾਂ ਨਕਦ ਦੇਣ ਤੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਕੇ ਤਨਖਾਹ ਅਤੇ ਪੈਨਸ਼ਨਾਂ ਦੇ ਵਿਚ 25% ਵਾਧਾ ਕੀਤਾ ਜਾਵੇ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਆਸ਼ਾ ਵਰਕਰਾਂ ਦੀ ਤਨਖਾਹ ਦੇ ਵਿਚ ਵਾਧਾ ਕਰੇ ਤੇ ₹2000 ਡਾਕਟਰੀ ਭੱਤਾ ਮਿਲਣਾ ਚਾਹੀਦਾ ਹੈ। ਇਸ ਮੌਕੇ ਦੇ ਉੱਤੇ ਉਨ੍ਹਾਂ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਨੂੰ ਜਾਰੀ ਕਰਨ ਸਮੇਤ ਹਰੇਕ ਵਿਭਾਗ ਦੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਵੀ ਮੰਗ ਕੀਤੀ ਹੈ। ਸਾਡੀਆਂ ਮੰਗਾਂ ਜਿਹੜੀਆਂ ਮੇਨ ਜਿਹੜੀਆਂ ਹੈਗੀਆਂ, ਠੇਕੇਦਾਰੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੀ ਪੰਚਾਇਤੀ ਰਾਜ ਕਰਨ ਬੰਦ ਕਰੇ। ਸਭ ਤੋਂ ਪਹਿਲਾਂ ਮਹਿੰਗਾਈ ਭੱਤੇ ਦੀਆਂ 4 ਕਿਸ਼ਤਾਂ ਉਹ ਅੱਜ ਤੱਕ ਨਹੀਂ ਦਿੱਤੀਆਂ, ਕਿਸੇ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ। 4 ਕਿਸ਼ਤਾਂ ਸਭ ਤੋਂ ਪਹਿਲਾਂ ਰਿਲੀਜ਼ ਕਰੇ ਔਰ ਨਕਦ ਦੇਵੇ। ਤਨਖਾਹ 22 ਕਿਸ਼ਤਾਂ ਦਾ ਬਕਾਇਆ ਮਿਲਣਾ ਚਾਹੀਦਾ ਮੁਲਾਜ਼ਮਾਂ ਨੂੰ, ਔਰ ਜਿਹੜੀ ਪੁਰਾਣੀ ਪੈਨਸ਼ਨ ਹੈ ਉਹਨੂੰ ਬਹਾਲ ਕੀਤਾ ਜਾਵੇ। ਮਿਡ ਡੇ ਮੀਲ ਕੁੱਕ ਯੂਨੀਅਨ ਜੇ 1700 ਰੁਪਏ 'ਚ ਕੰਮ ਕਰਦੇ ਆ, ਉਹਨਾਂ ਦੀ ਘੱਟ ਤੋਂ ਘੱਟ 10000 ਰੁਪਏ ਤਨਖਾਹ ਹੋਵੇ। ਆਂਗਨਵਾੜੀ ਵਰਕਰ, ਆਸ਼ਾ ਵਰਕਰ ਔਰ ਮਿਡ ਡੇ ਮੀਲ ਕੁੱਕਾਂ ਨੂੰ ਮੁਲਾਜ਼ਮ ਵਾਂਗ ਦਰਜਾ ਦਿੱਤਾ ਜਾਵੇ। ਮਿਊਂਸੀਪਲ ਕਮੇਟੀਆਂ ਦੇ ਵਿੱਚ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਪੱਕਾ ਕੀਤਾ ਜਾਵੇ ਔਰ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ। ਔਰ ਇਸ ਲਈ ਜਿਹੜੀਆਂ ਸਾਡੀਆਂ ਮੰਗਾਂ, ਜਿਹੜੇ ਬੰਦੇ ਕੱਚੇ ਕੰਮ ਕਰ ਰਹੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ, ਪੇ ਕਮਿਸ਼ਨ ਦੀ ਰਿਪੋਰਟ ਹੈ ਉਹਨੂੰ ਲਾਗੂ ਕੀਤੀ ਜਾਵੇ। ਸਿਵਲ ਹਸਪਤਾਲਾਂ ਦੇ ਵਿੱਚ ਜਿਹੜੀਆਂ ਬੀਬੀਆਂ ਥੋੜੇ ਥੋੜੇ ਪੈਸਿਆਂ 'ਚ ਕੰਮ ਕਰ ਰਹੀਆਂ, ਸਫਾਈ ਦਾ ਕੰਮ ਕਰਦੀਆਂ, ਉਹਨਾਂ ਨੂੰ ਪੱਕਾ ਕੀਤਾ ਜਾਵੇ। ਸਾਡੀਆਂ ਜਿਹੜੀਆਂ ਮੰਗਾਂ, ਇਹ ਮੇਨ ਮੰਗਾਂ ਜਿਹੜੀਆਂ ਸਾਡੀਆਂ ਇਹ ਆ, ਇਹਨਾਂ ਨੂੰ ਜੇਕਰ ਮੋਦੀ ਸਰਕਾਰ ਦੇ ਨਾਲ ਸੰਬੰਧਤ ਔਰ ਜਿਹੜੀਆਂ ਮੰਗਾਂ ਕੈਪਟਨ ਸਰਕਾਰ ਨਾਲ ਸੰਬੰਧਤ, ਜੇਕਰ ਉਹਨਾਂ ਨੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤਾ ਤਾਂ ਇਹ ਜਿਹੜਾ ਸੰਘਰਸ਼ ਹੈ ਹੋਰ ਤਿੱਖਾ ਤੇਜ਼ ਹੋ ਜਾਵੇ। ਇਹ ਹੁਣ ਤੁਸੀਂ ਧਰਨਾ ਤੇ ਪੁਤਲਾ ਫੂਕ ਕੇ ਕਿੰਨਾ ਟਾਈਮ ਤੁਸੀਂ ਚੌਂਕ ਰਹਿਣਾ ਜੀ? ਅਸੀਂ ਜਿੰਨੇ ਤੱਕ ਪ੍ਰਸ਼ਾਸਨ ਸਾਡੇ ਕੋਲ ਮੰਗ ਪੱਤਰ ਲੈਣ ਨਹੀਂ ਆਉਂਦਾ ਉਨੇ ਤੱਕ ਅਸੀਂ ਇਹ ਚੌਂਕ ਜਾਮ ਕਰਾਂਗੇ। ਤੇ ਹੋਰ ਤੁਸੀਂ ਕੀ ਤੁਹਾਡੀਆਂ ਇਸ ਤੋਂ ਇਲਾਵਾ ਹੋਰ ਕਿਹੜੀਆਂ ਮੰਗਾਂ? ਹੋਰ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ, ਅੱਜ ਟਰੇਡ ਯੂਨੀਅਨ ਜਿਹੜੀਆਂ 6 ਸਾਰੇ ਹਿੰਦੁਸਤਾਨ ਦੇ ਵਿੱਚ ਕੱਲ੍ਹ ਤੋਂ 8 ਤੇ 9 ਦੀ ਜਿਹੜੀ ਹੜਤਾਲ ਕਰ ਰਹੇ ਆ, ਜੋ ਜੀ ਸੰਜੀਵ ਰੈਡੀ ਦੀ ਪ੍ਰਧਾਨਗੀ ਹੇਠ ਜੋ ਫੈਸਲਾ ਹੋਵੇਗਾ ਉਹ ਅਸੀਂ ਅਗਲੇ ਸਮੇਂ ਤੁਹਾਨੂੰ ਦੱਸ ਦਿਆਂਗੇ। ਬਾਗਾ ਪੁਰਾਣਾ ਤੋਂ ਬਿਊਰੋ ਰਿਪੋਰਟ।